ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਟਾਈਮ ਟੀਵੀ ਪੰਜਾਬੀ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਤਾਂ ਪੰਜਾਬ 'ਚ ਕੜਾਕੇ ਦੀ ਠੰਡ ਹਾਲੇ ਜਾਰੀ ਹੈ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ 'ਚ ਪਾਵੇਂ ਤੁੱਪ ਲੱਗਣ ਕਾਰਨ ਲੋਕਾਂ ਨੂੰ ਠੰਡ ਤੋਂ ਥੋੜੀ ਰਾਹਤ ਮਿਲੀ ਹੈ ਪਰ ਸ਼ੀਤ ਲਹਿਰ ਕਾਰਨ ਕਈ ਹਿੱਸਿਆਂ 'ਚ ਘਾਟੋ-ਘਾਟ ਤਾਪਮਾਨ 1 ਤੋਂ 3 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਾ हिमालयਾ ਤੋਂ ਉੱਤਰ-ਪੱਛਮੀ ਹਵਾਵਾਂ ਦੇ ਮੈਦਾਨੀ ਇਲਾਕਿਆਂ 'ਚ ਆਉਣ ਨਾਲ ਅਗਲੇ 2 ਦਿਨਾਂ 'ਚ ਇਸ ਖੇਤਰ 'ਚ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਉੱਧਰ ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀਆਂ ਕਾਰਨ 19 ਜਨਵਰੀ ਤੋਂ ਸ਼ੀਤ ਲਹਿਰ ਘਟਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ 'ਚ 17 ਜਨਵਰੀ ਤੱਕ ਘਟੋ-ਘਟਾ ਤਾਪਮਾਨ 'ਚ 2 ਡਿਗਰੀ ਸੈਲਸੀਅਸ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਵਿਪາກ ਵੱਲੋਂ ਜਾਰੀ ਬੁਲੇਟਿਨ 'ਚ ਕਿਹਾ ਗਿਆ ਕਿ ਤਾਜ਼ਾ ਪੱਛਮੀ ਗੜਬੜੀਆਂ ਦੇ ਪ੍ਰਭਾਵ ਹੇਠ 18 ਜਨਵਰੀ ਤੋਂ 20 ਜਨਵਰੀ ਤੱਕ ਘਟੋ-ਕਟਾ ਤਾਪਮਨ 'ਚ ਹੌਲੀ-ਹੌਲੀ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਮੈਦਾਨੀ ਖੇਤਰਾ 'ਚ ਸ਼ੀਤ ਲਹਿਰ ਉਦੋਂ ਐਲਾਨੀ ਜਾਂਦੀ ਹੈ ਜਦੋਂ ਘਟੋ-ਕਟਾ ਤਾਪਮਨ 'ਚ 4 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ। ਜਦੋਂ ਇਹ 10 ਡਿਗਰੀ ਸੈਲਸੀਅਸ ਤੇ ਆਮ ਨਾਲੋਂ 4.5 ਡਿਗਰੀ ਘਟ ਹੁੰਦਾ ਹੈ। ਸੋ ਇਹ ਸੀ ਮੌਸਮ ਸੰਬੰਧੀ ਤਾਜ਼ਾ ਅਪਡੇਟ ਜਿਵੇਂ ਹੀ ਮੌਸਮ ਵਿਭਾਗ ਦੀ ਅਗਲੀ ਅਪਡੇਟ ਆਵੇਗੀ ਐਸੇ ਹੀ ਚੈਨਲ ਤੇ ਜਾਣਕਾਰੀ ਪਾ ਦਿੱਤੀ ਜਾਵੇਗੀ